ਭਿਆਨਕ ਸੜਕੀ ਹਾਦਸੇ ਦੇ ਵਿੱਚ ਬਾਈਕ ਸਵਾਰ ਦੀ ਦਰਦਨਾਕ ਮੌਤ ਹੋ ਗਈ। ਦੱਸਦੀ ਹੈ ਕਿ ਸੜਕ ਤੇ ਜਾ ਰਿਹਾ ਸੀ, ਅਚਾਨਕ ਇੱਕ ਮੱਝ ਨੇ ਜ਼ੋਰਦਾਰ ਟੱਕਰ ਮਾਰੀ। ਜ਼ਖਮਾਂ ਦੀ ਤਾਪ ਨਾ ਸਹਾਰਦੇ ਹੋਏ ਇਸ ਸ਼ਖਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਸਮਰਾਲਾ ਮਾਛੀਵਾੜਾ ਰੋਡ ਤੇ ਪਿੰਡ ਵਾਲਿਓ ਨੇੜੇ ਇਹ ਭਿਆਨਕ ਹਾਦਸਾ ਹੋਇਆ। ਮਾਛੀਵਾੜਾ ਸਾਹਿਬ ਤੋਂ ਸਮਰਾਲੇ ਵੱਲ ਮੋਟਰਸਾਈਕਲ ਤੇ ਆਉਂਦੇ ਇੱਕ ਵਿਅਕਤੀ ਨੂੰ ਜ਼ੋਰਦਾਰ ਮੱਝ ਨੇ ਟੱਕਰ ਮਾਰੀ ਔਰ ਇਹ ਮੁੱਦੇ ਮੂੰਹ ਸੜਕ ਤੇ ਡਿੱਗ ਪਿਆ। ਮੌਕੇ ਤੇ ਹੀ ਇਸ ਦੀ ਮੌਤ ਹੋ ਗਈ। ਗੁਜਰਾਂ ਦੀਆਂ ਮੱਝਾਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਨੇ ਇਹ ਜ਼ੋਰਦਾਰ ਟੱਕਰ ਮਾਰੀ ਹੈ। 44 ਸਾਲ ਦੇ ਮੁਕੇਸ਼ ਦੀ ਮੌਕੇ ਤੇ ਹੀ ਜਾਨ ਚਲੀ ਗਈ। ਮੌਕੇ ਤੇ ਸਮਰਾਲਾ ਪੁਲਿਸ ਪਹੁੰਚੀ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪੀਟਲ ਦੇ ਵਿੱਚ ਰਖਵਾ ਦਿੱਤਾ। ਪੀੜਤਾ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਪਰਮਿੰਦਰ ਸਿੰਘ ਪਟਵਾਰੀ ਹੈ, ਡਿਊਟੀ ਮਾਛੀਵਾੜੇ ਆ। ਅੱਜ ਮੈਂ ਆਪਣਾ ਜਿਹੜਾ ਪੈਂਡਿੰਗ ਕੰਮ ਦਫ਼ਤਰ ਜਾ ਰਿਹਾ ਸੀ ਕਰਨ ਲਈ, ਉਹਦੇ ਰਸਤੇ ਦੇ ਵਿੱਚ ਗੁਜਰਾਂ ਦੀਆਂ ਮੱਝਾਂ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰੀ ਤੇ ਉਹਦੀ ਗਿਰਦੀ ਸਾਰ ਔਨ ਸਪੋਟ ਡੈਥ ਹੋ ਗਈ। ਬੱਸ ਵਾਲਾ ਪਿੱਛੋਂ ਆ ਰਿਹਾ ਸੀ, ਉਹਨੇ ਰੋਕ ਲਈ ਬੱਸ। ਬੱਸ ਵਾਲੇ ਨੇ ਖੜ ਕੇ ਉਹਨੂੰ ਬੰਦੇ ਨੂੰ ਦੇਖਿਆ ਸਭ ਤੋਂ ਪਹਿਲਾਂ, ਉਹਨੇ ਫਿਰ ਮੈਨੂੰ ਰੋਕਿਆ। ਬੱਸ ਆ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਜਨਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬੋਡੀ ਕੋਲ ਲਿਆਏ, ਖੜਾਤਾ। ਉਹ ਫਿਰ ਪੁਲਿਸ ਵਾਲੇ ਬੁਲਾਏ, ਠੀਕ ਹੈ। ਹੁਣੇ ਉਹਦੀ ਡੈਡ ਬੋਡੀ ਭੇਜੀ ਆ। ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਕਾਗਜ਼ਾਂ ਤੋਂ, ਮੁਕੇਸ਼ ਕੁਮਾਰ ਲੱਖੋਵਾਲ ਕਲਾਂ ਦਾ ਬੰਦਾ ਵਾ, 40 ਕੁ ਸਾਲ ਦੀ, 40-45 ਸਾਲ ਦੀ ਉਮਰ ਦਾ ਜਾਪਦਾ। ਹਾਂ ਅਸੀਂ ਉਹਨੂੰ ਉਹ ਬਾਲਿਓ ਪਿੰਡ ਤੋਂ ਫੜ ਕੇ ਲੈ ਕੇ ਆਏ ਹਾਂ। ਇਹ ਬੰਦਾ ਬਾਈ ਮਾਛੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ, ਠੀਕ ਹੈ। ਅਸੀਂ ਉਧਰੋਂ ਜਾ ਰਹੇ ਸੀਗੇ ਸਮਰਾਲੇ ਪਾਸੇ। ਹਾਦਸਾ ਬਾਲਿਓ ਪਿੰਡ 2 ਕਿੱਲੇ ਟੱਪਕਦੀ ਸਾਰੇ ਆ ਉੱਥੇ ਹੋਇਆ ਇਹ। ਹਾਂਜੀ ਬਾਈ, ਕੀ ਨਾਮ ਹੈ? ਮੇਰਾ ਨਾਮ ਹੈਗਾ ਜਤਿੰਦਰ ਸਿੰਘ ਜੀ। ਕਿਹੜਾ ਪਿੰਡ ਤੁਹਾਡਾ? ਮੇਰਾ ਪਿੰਡ ਮੁਸ਼ਕਾਬਾਦ ਹੈ ਜੀ। ਆ ਪਿੰਡ ਬਾਲੇ ਨੂੰ ਨਜ਼ਦੀਕ ਇੱਕ ਹਾਦਸਾ ਹੋਇਆ, ਕੀ ਡਿਟੇਲ ਹੈ ਜੀ ਤੁਹਾਡੇ? ਇਹਦੇ ਲਈ ਮੈਂ ਤਾਂ ਜੀ ਇਧਰੋਂ ਆ ਹੀ ਰਿਹਾ ਸੀਗਾ ਜੀ, ਦੱਸ ਰਹੇ ਨੇ ਦੱਸਣ ਵਾਲੇ ਵੀ ਇੱਥੇ ਜੋ ਗੁਜਰਾਂ ਦੇ ਡੰਗਰ ਨੇ ਉਹਨਾਂ ਦੇ ਕਹਿੰਦੇ ਮੈਂਸ ਨੇ ਟੱਕਰ ਮਾਰੀ ਹੈ ਬੰਦੇ ਦੀ ਤੇ ਉਹਨਾਂ ਦੀ ਮੌਕੇ ਦੀ ਸ਼ਾਇਦ ਡੈਥ ਹੋ ਗਈ ਹੈ। ਵੀ ਇਹ ਬਹੁਤ ਮਾੜੀ ਘਟਨਾ ਹੋਈ ਆ, ਇੱਦਾਂ ਖੁੱਲ੍ਹੇਆਮ ਰੋਡ ਦੇ ਉੱਤੇ ਡੰਗਰ ਨਹੀਂ ਫਿਰਨੇ ਚਾਹੀਦੇ, ਕਿਉਂਕਿ ਡੰਗਰਾਂ ਦੇ ਨਾਲ ਬਹੁਤ ਹਾਦਸੇ ਹੁੰਦੇ ਨੇ। ਤੁਹਾਨੂੰ ਪਤਾ ਕਿ ਗੌਰਮੈਂਟ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬਣਾ ਰਹੀ, ਇਹਨਾਂ ਨੂੰ ਰੋਡ 'ਤੇ ਨਹੀਂ ਲੈ ਕੇ ਆਉਣਾ ਚਾਹੀਦਾ। ਆਪਣੇ ਵੀ ਤਾਂ ਜ਼ਿਮੀਂਦਾਰਾਂ ਦੇ ਹੋਰ ਭਰਾਵਾਂ ਦੇ ਸਾਡੇ ਸਾਰਿਆਂ ਦੇ ਡੰਗਰ ਰੱਖੇ ਹੋਏ ਨੇ, ਆਪਾਂ ਘਰਾਂ ਦੇ ਵਿੱਚ ਇਹਨਾਂ ਨੂੰ ਪਾਲ ਰਹੇ ਹਾਂ, ਘਰਾਂ ਦੇ ਵਿੱਚ ਇਹਨਾਂ ਨੂੰ ਪੱਠੇ ਲੈ ਕੇ ਜਾਂਦੇ ਹਾਂ, ਅਤੇ ਇਹਨਾਂ ਨੂੰ ਖੁੱਲ੍ਹੇਆਮ ਰੋਡਾਂ ਉੱਤੇ ਇਹਨਾਂ ਨੇ ਇਹਨਾਂ ਨੂੰ ਆਜ਼ਾਦੀ ਦਿੱਤੀ ਹੈ ਵੀ ਇਹ ਰੋਡਾਂ ਦੇ ਉੱਤੇ ਲੈ ਕੇ ਡੰਗਰ ਇੱਦਾਂ ਘੁੰਮਣ, ਅਤੇ ਹੁਣ ਇਹ ਹਾਦਸਾ ਹੋ ਗਿਆ, ਇਹਦਾ ਜ਼ਿੰਮੇਵਾਰ ਕੌਣ ਆ? ਕੌਣ ਉਹਨਾਂ ਦਾ ਬੰਦਾ ਜੋ ਕਿ ਵਿਚਾਰੇ ਦੀ ਡੈਥ ਹੋ ਗਈ ਆ, ਉਹਦੀ ਕੌਣ ਉਹਦੇ ਘਰ ਨੂੰ ਸਾਂਭੂਗਾ, ਕੌਣ ਉਹਦੇ ਬੱਚਿਆਂ ਨੂੰ ਪਾਲੂਗਾ? ਹੁਣ ਛੋਟੇ-ਛੋਟੇ ਬੱਚੇ ਨੇ, ਬਾਈ ਦੱਸ ਰਹੇ ਨੇ ਮੌਕੇ ਦੀ ਡੈਥ ਹੋ ਗਈ, ਇੰਨੀ ਭਿਆਨਕ ਟੱਕਰ ਮਾਰੀ ਹੈ ਕਹਿੰਦੇ ਮੱਝ ਨੇ, ਵੀ ਜਾਣੀ ਉਹਦੀ ਬਾਈ ਦੀ ਜਦੇ ਮੌਕੇ ਦੀ ਡੈਥ। ਮੱਝਾਂ ਚਰਾਉਣ ਲਈ ਖੁੱਲ੍ਹੇਆਮ ਲੈ ਕੇ ਫਿਰਦੇ ਨੇ, ਸਰਕਾਰ ਔਰ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ? ਬਸ ਇਹੀ ਅਪੀਲ ਕਰਦੇ ਹਾਂ ਵੀ ਇਹਨਾਂ ਨੂੰ ਆਪਣੇ ਬੰਦ ਕਰਨਾ ਚਾਹੀਦਾ ਰੋਡ ਦੇ ਉੱਪਰੋਂ, ਜਿੱਥੇ ਰਹਿੰਦੇ ਨੇ ਉੱਥੇ ਹੀ ਆਪਣੀ ਜਾਂ ਮੁੱਲ ਜ਼ਮੀਨ ਲੈ ਲੈਣ, ਠੇਕੇ 'ਤੇ ਲੈ ਲੈਣ, ਲੈ ਕੇ ਉੱਥੇ ਹੀ ਇਹਨਾਂ ਨੂੰ ਪਾਲਣ, ਉੱਥੇ ਇਹਨਾਂ ਦਾ ਜੋ ਵੀ ਆ ਚਾਰਾ ਉੱਥੇ ਹੀ ਪਾਇਆ ਜਾਵੇ, ਇਹਨਾਂ ਨੂੰ ਰੋਡਾਂ 'ਤੇ ਨਾ ਚੜ੍ਹਨ ਦਿੱਤਾ ਜਾਵੇ। ਹੁਣ ਹਰੇਕ ਸਰਕਾਰ ਬੂਟੇ ਇੰਨੇ ਲਵਾ ਰਹੀ ਆ, ਜੇ 500 ਬੂਟਾ ਲਵਾ ਰਿਹਾ ਤਾਂ 100 ਬੂਟਾ ਕਾਮਯਾਬ ਨਹੀਂ ਹੋ ਰਿਹਾ, ਉਹਦੇ ਵਿੱਚੋਂ 400 ਬੂਟਿਆਂ ਨਾਲ ਡੰਗਰ ਖਰਾਬ ਕਰ ਦਿੰਦੇ ਨੇ। ਸੋ ਇਹੀ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਰੋਡਾਂ ਦੇ ਉੱਪਰ ਨਾ ਆਉਣਾ ਦਿੱਤਾ ਜਾਵੇ। ਆਹ ਦੇਖੋ ਹੁਣ ਕਿੱਡਾ ਵੱਡਾ ਹਾਦਸਾ ਹੋ ਗਿਆ, ਇਹਦੇ ਲਈ ਕੌਣ ਜ਼ਿੰਮੇਵਾਰ ਆ? ਧੰਨਵਾਦ ਜੀ।